ਬਈ ਆਪਾਂ ਪਹਿਲਾਂ ਵੀਡੀਓ ਪਾਈ ਸੀ ਬਲਕਾਰਨ ਵੈਰੋ ਦੇ ਸਮਾਨ ਦੀ, ਹੁਣ ਵਧੀਆ ਸਪੋਰਟ ਹੋਈ ਹੈ, ਵਧੀਆ ਵੀਡੀਓ ਚੱਲੀ ਆਪਣੀ, ਅਤੇ ਅੱਜ ਆਪਾਂ ਖਾਸ ਮੁੱਦੇ 'ਤੇ ਵੀਡੀਓ ਬਣਾਉਣ ਲੱਗੇ ਹਾਂ। ਅਤੇ ਇਹ ਵੀਡੀਓ ਪਹਿਲਾਂ ਆਪਾਂ ਹੋਰ ਚੈਨਲ ਤੋਂ ਪਾਉਣੀ ਸੀ, ਤੁਹਾਨੂੰ ਪਤਾ ਆਪਾਂ ਕਿੰਨਾ ਵੀਡੀਓ ਬਣਾਉਂਦੇ ਹੁੰਦੇ ਸੀ ਪਹਿਲਾਂ, ਉਹਦੇ ਚੈਨਲ ਤੋਂ ਪਾਉਣੀ ਸੀ, ਅਤੇ ਉਹ ਬੰਦਾ ਹੀ ਡਰ ਗਿਆ, ਕਹਿੰਦਾ ਕਹਿੰਦਾ ਜੀ ਯਾਰ ਆਪਾਂ ਇਹ ਵੀਡੀਓ ਨਹੀਂ ਬਣਾਉਣੀ ਹੈ, ਜੋ ਮੇਰੀ ਬੇਨਤੀ ਹੋਈ ਪੁਰਾਣਾ ਧਿਆਉਂਦਾ ਉਹ ਗਿਆ, ਚੱਲ ਕੋਈ ਨਹੀਂ ਬਈ, ਤਾਂ ਕਰਕੇ ਆਪਾਂ ਵੀਡੀਓ ਪਾਉਣ ਲੱਗਿਆ ਆਪਦੇ ਚੈਨਲ ਤੋਂ। ਵੀਡੀਓ ਪਾਉਣੀ ਜ਼ਰੂਰੀ ਸੀ ਯਾਰ ਇਹ 'ਤੇ, ਕਿਉਂਕਿ ਜੇ ਹੁਣ ਆਪਾਂ ਵੀਡੀਓ ਇੱਕ ਵਾਰੀ ਪਾ ਕੇ ਕਹਾਂਗੇ ਸਾਰੇ ਪਿੰਡ ਨੂੰ ਪਤਾ ਲੱਗ ਜੂਗਾ, ਚਲੋ ਵੀ ਹਾਂ। ਅਤੇ ਹੁਣ ਵੀਡੀਓ ਦੇਖ ਕੇ ਬਹੁਤ ਜਾਣੇ ਕਹਿਣਗੇ ਬਈ ਪਹਿਲਾਂ ਵੀ ਇੰਨੇ ਚਿਰ ਤਾਂ ਇਹ ਹੋਇਆ, ਜਿਉਂ ਹੋਇਆ ਉਦੋਂ ਤਾਂ ਕਿਸੇ ਨੇ ਬੋਲਿਆ ਨਹੀਂ, ਕੋਈ ਨਹੀਂ ਬੋਲਿਆ, ਊਂ ਰੱਖ ਜਾਂਦੇ ਫਲਾਨਾ ਧਿਉਂਕਾ, ਕਈ ਆਉਂਦੇ ਬਈ ਜੇ ਅਸੀਂ ਊਂ ਵੀ ਰੱਖ ਕੇ ਉਹਨੂੰ ਰੱਖ ਸਕਦੇ ਸੀ, ਕੱਲ੍ਹ ਨੂੰ ਫਿਰ ਕੋਈ ਉਵੇਂ ਹਰਕਤ ਕਰੂਗਾ, ਤਾਂ ਕਰਕੇ ਆਪਾਂ ਵੀਡੀਓ ਦੇ ਜ਼ਰੀਏ ਆਪਾਂ ਬਈ ਕੰਮ ਕਰਨ ਲੱਗੇ ਹਾਂ। ਆਜੋ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਸਾਰਾ ਕਾਲਾ ਕੀ ਚੀਜ਼। ਭਗ ਸਿੰਘ ਦੀ ਇਹਨਾਂ ਕੋਈ ਯਾਰ ਸਾਹਿਬ ਤੋਂ ਟੋਪੀ ਢਾ ਗਿਆ, ਅਤੇ ਉਹ ਹਾਂ ਤੁਹਾਨੂੰ ਪਤਾ ਹੀ ਆ ਭੈੜੀ ਲੱਗਦੀ ਆ। ਅੱਛਾ ਆਪਣੇ ਪਿੰਡ ਟੂਰਨਾਮੈਂਟ ਹੋਇਆ ਥੋੜ੍ਹੇ ਦਿਨ ਪਹਿਲਾਂ, ਅਤੇ ਸਾਰੇ ਪਲੇਅਰ ਦੇਖ ਰਹੇ ਹੱਸਣਾ ਗੰਜਾ ਭਗ ਸਿੰਘ ਗੰਜਾ, ਜਾਂ ਪਹਿਲਾਂ ਤਾਂ ਪਲੇਅਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਐਂ ਹੱਸਦੇ ਸੀਗੇ, ਫਿਰ ਇੱਥੇ ਵਿਆਹ ਵਾਲੇ ਹੁੰਦੇ ਆ ਫੋਟੋਆਂ ਖਿੱਚਣ ਉਹ ਦੰਦ ਕੱਢਦੇ ਦੇਖਦੇ ਖਾਏ ਭਗ ਸਿੰਘ ਗੰਜਾ ਭਗ ਸਿੰਘ ਗੰਜਾ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਬਈ ਆਹ ਗੱਲ ਕਹਿੰਦੇ ਨੂੰ। ਨਾਲੇ ਬਈ ਯਾਰ ਆਪਣੇ ਪਿੰਡ 'ਚ ਬਣਿਆ ਹੈ ਨਾ, ਚੱਲ ਸੋਹਣਾ ਲੱਗਦਾ, ਜੇ ਕਿਸੇ ਨੇ ਨਹੀਂ ਹੈ ਨਾ ਉਹ ਜਰਿਆ ਜਾਂਦਾ ਆਪਦਾ ਨਾਂ ਬਈ ਛੇੜਖਾਨੇ ਦਾ ਨਾਂ ਕਰਿਆ ਕਰੋ। ਅਤੇ ਬਾਕੀ ਬਈ ਕੇਰਾਂ ਹੁਣ ਸਾ ਬਾਹਲੇ ਤਾਂ ਹੈ ਨਹੀਂ, ਅਸੀਂ ਜਿੰਨਾ ਕੁ ਸਾਡੇ ਤੋਂ ਆਈ ਟੋਪੀ ਬਣਵਾ ਲਿਆਂਦੀ ਬਣਾ ਕੇ ਅਤੇ ਹੁਣ ਰੱਖ ਦਿੰਦੇ ਸਾਈਡ 'ਤੇ, ਅਤੇ ਆਪਦਾ ਗਾਂ ਬਈ ਯਾਰ ਛੇੜਖਾਨੀ ਨਾ ਕਰਿਓ ਕੋਈ ਯਾਰ, ਗਾਂ ਤੋਂ ਬਈ ਧਿਆਨ ਰੱਖਿਓ, ਜਵਾਕਾਂ ਨੂੰ ਵੀ ਯਾਰ ਬਈ ਹੱਥ ਜੋੜ ਕੇ ਬੇਨਤੀ ਆ, ਅਤੇ ਨਾ ਬਈ ਕੋਈ ਛੇੜਛਾਨੀ ਨਾ ਕਰਿਆ ਕਰੋ, ਆਪਣੇ ਪਿੰਡ ਦੀ ਬੇਇੱਜ਼ਤੀ ਆ, ਇਕੱਲਿਆਂ ਦੀ ਬੇਇੱਜ਼ਤੀ ਨਹੀਂ ਕਿਸੇ ਦੀ ਬਈ, ਸਾਰੇ ਪਿੰਡ ਦੀ ਬੇਇੱਜ਼ਤੀ ਆ ਇਸ ਕੰਮ 'ਚ, ਜੋ ਕੋਈ ਬਾਹਰੋਂ ਆਉਂਦਾ ਪਾਰਕ ਦੇਖਣ ਆਉਂਦਾ ਕਹਿੰਦਾ ਯਾਰ ਹਾਂ ਪਾਰਕ ਬਣਿਆ ਤੁਹਾਡੇ ਪਿੰਡ 'ਚ, ਅਤੇ ਜੋ ਇੱਥੇ ਵਹਿੰਦਾ ਕਹਿੰਦਾ ਯਾਰ ਤੁਸੀਂ ਯਾਰ ਬੇਅਦਬੀ ਕਰ ਰਹੇ ਹਾਂ ਸ਼ਹੀਦਾਂ ਦੀ, ਇਹ ਤਾਂ ਬਣਾਉਂਦੇ ਹੀ ਨਾ ਫਿਰ ਯਾਰ, ਬਾਕੀ ਜੇ ਹੁਣ ਬਣਾਇਆ ਤਾਂ ਇਹਦੀ ਕੇਅਰ ਕਰੋ ਯਾਰ ਬਈ, ਚਲੋ ਹੁਣ ਆਪਾਂ ਹੋਰ ਤਾਂ ਕੁਛ ਕਰ ਨਹੀਂ ਸਕਦੇ, ਚੱਲ ਜਿੰਨਾ ਹੋਇਆ ਉਨਾ ਕਰ ਦਿੰਦੇ ਆਪਾਂ। ਟੋਪੀ ਤੋਂ ਹੁਣ ਬਈ ਆਪਦਾ ਧਿਆਨ ਰੱਖਣ ਸਾਰੇ ਜਾਣੇ, ਅਤੇ ਕੋਈ ਹੋਰ ਨਾਲ ਜਵਾਕ ਲਾ ਕੇ ਲੈ ਜਾਂ ਭੰਨ ਦੇਵੇ ਕੋਈ ਮਾੜਾ ਮੋਟਾ ਯਾਰ, ਖਿਆਲ ਸਾਰਿਆਂ ਨੂੰ ਰੱਖਣਾ ਚਾਹੀਦਾ, ਬਾਕੀ ਬੋਲਣਾ ਚਾਹੁੰਦਾ ਬੋਲ।
ਬਾਈ ਹੁਣ ਤੁਹਾਡਾ ਆਪਦਾ ਹੀ ਹੱਕ ਬਣਦਾ ਨਾ ਦੇਖਭਾਲ ਕਰਨ ਦਾ, ਸਿਆਣੇ ਬੰਦੇ ਨੂੰ ਜਵਾਕ ਵੀ ਕੋਈ ਛੇੜਖਾਨੀ ਕਰਦਾ ਉਹਨੂੰ ਸਮਝਾਓ ਹੈ ਨਾ, ਸਾਰੇ ਯਾਰ ਆਪਦਾ ਹੁਣ ਬਈ ਆਪ ਦੇਖਭਾਲ ਸਹੀ ਕਰੋ ਹੈ ਨਾ, ਐਵੇਂ ਨਾ ਕੋਈ ਛੇੜਖਾਨੀ ਜਾਣ ਕੇ ਫੇਰ ਕਰੇ। ਬਸ ਬਈ ਓਕੇ।